ਕਿਸਾਨ ਗਰੋਸਰੀ ਸਟੋਰ ਆ ਆਪਣਾ ਬਣਾਇਆ ਹੋਇਆ ਅਤੇ ਉਹਦੇ ਵਿੱਚ ਚੋਰੀ ਹੋਈ ਆ 10 ਤਰੀਕ ਵਾਲੀ ਰਾਤ 11 ਤਰੀਕ ਨੂੰ। ਮੈਂ ਚੌਂਕੀ ਥਾਣੇ ਸਾਰੇ ਪਾਸੇ ਅਸੀਂ ਪੰਚਾਇਤ ਲੈ ਕੇ ਜਾਂਦੇ ਰਹੇ ਤਿੰਨ ਦਿਨ ਹੋ ਕੇ ਸਾਨੂੰ ਪੂਰੇ ਪਿੰਡ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਅੱਗੋਂ ਮੈਨੂੰ ਇਹ ਕਹਿ ਰਹੇ ਆ ਕਿ ਤੂੰ ਇੰਸ਼ੋਰੈਂਸ ਲੈਣ ਮਾਰਾ ਇਹ ਕੰਮ ਕਰ ਰਿਹਾ, ਥਾਣੇ ਚੌਂਕੀ ਵਾਲੇ ਸਾਰੇ ਕਹਿ ਦਿੰਦੇ ਆ। ਫਿਰ ਕਹੀ ਜਾਂਦੇ ਆ ਸ਼ਰੇਆਮ ਪੈਸਿਆਂ ਦੀਆਂ ਗੱਲਾਂ ਹੋਈ ਜਾਂਦੀਆਂ ਕਿ ਫਿਰ ਤੁਰਾਂਗੇ ਪਹਿਲਾਂ ਰਾਤ ਨੂੰ ਇਕੱਲਾ ਆ ਜਾ, ਸੁਬਾਹ ਸਾਡੇ ਨਾਲ ਇਕੱਲਾ ਚੱਲ, ਕਾਰਵਾਈਆਂ ਇੰਨੀਆਂ ਕਰਨੀਆਂ, ਬੰਦੇ ਲੈਣ ਜਾਣੇ ਫੜ ਜਾਣੇ ਸਾਡੇ ਨਾਲ, ਚੱਲੋ ਗੱਡੀਆਂ ਤੁਸੀਂ ਲੈ ਕੇ ਚੱਲੋ, ਇਹੋ ਜਿਹੀਆਂ ਗੱਲਾਂ ਹੋ ਰਹੀਆਂ। ਵਿੱਚੋਂ ਮੈਂ ਕਮਾਇਆ ਕੱਟਿਆ ਕਿ ਜਿਹੜਾ ਇਹਨਾਂ ਨੇ ਜਿੰਨਾ ਮੇਰਾ ਨੁਕਸਾਨ ਹੋ ਗਿਆ, ਇਹਨਾਂ ਤੋਂ 3.5-4 ਲੱਖ ਰੁਪਏ ਦਾ ਅਜੇ ਨਿੱਕੀ ਆਈਟਮ ਮੈਂ ਨੋਟ ਨਹੀਂ ਕੀਤੀ, ਜਿੰਨਾ ਸਟਾਕ ਸੀ ਸਾਰਾ ਕੱਢ ਕੇ ਲੈ ਗਏ ਜੀ ਬੰਦੇ। DVR ਕੈਮਰੇ, LED ਇਨਵੈਟਰ, ਬੈਟਰਾ, ਰੈਕ ਤੋੜ ਕੇ ਗਏ, ਭੰਨਾ ਤੋੜੀ ਬਹੁਤ ਕੀਤੀ ਹੈ ਜੀ, ਅਤੇ ਬਾਕੀ ਜਿੰਨਾ ਵਿੱਚ ਤੇਲ ਵਗੈਰਾ, ਪੇਟੀਆਂ, ਚਾਹ ਪੱਤੀਆਂ ਦੇ ਅਜੇ ਬਿੱਲ ਵੀ ਮੇਰੇ ਕੋਲ ਪਏ ਨੇ। ਕੋਈ ਜ਼ਿਆਦਾ ਸਮਾਂ ਨਹੀਂ ਆ ਮੈਨੂੰ ਕੰਮ ਕੀਤਾ, ਨਵਾਂ ਕੰਮ ਕੀਤਾ, ਚੌਂਕੀ ਦੇ ਨੇੜੇ ਕੰਮ ਹੋਇਆ, ਚੌਂਕੀ ਦੇ ਲਾਗੇ ਕਿੰਨੇ ਜੀ ਬੰਦਿਆਂ ਦੀਆਂ ਪੈੜਾਂ ਪੂੜਾਂ ਵੀ ਲੱਗੀਆਂ ਨੇ, ਕੋਲੇ ਕਾਪਾ ਬਹੁਤ ਵੱਡਾ, ਇੱਕ ਕਾਪਾ ਸੁੱਟ ਕੇ ਗਿਆ, ਚਲੇ ਸਮਾਨ ਲੈ ਕੇ ਨਿਕਲ ਗਿਆ 1-2 ਵਜੇ ਦੇ ਕਰੀਬ, ਤਕਰੀਬਨ 5-6 ਬੰਦਿਆਂ ਦਾ ਕੰਮ ਆ ਜੀ ਘੱਟ ਤੋਂ ਘੱਟ। ਕੱਲ੍ਹ ਅਸੀਂ ਕੈਮਰਿਆਂ ਦੇ ਵਿੱਚ ਵੇਖਦੇ ਹਾਂ ਜੀ, ਜਦੋਂ ਨਹਿਰਾਂ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਕੈਮਰੇ ਵੇਖੇ ਆ, ਮੁਲਾਜ਼ਮਾਂ ਨੂੰ ਨਾਲ ਲੈ ਕੇ ਵੇਖੇ, ਉੱਥੋਂ 2 ਮੋਟਰਸਾਈਕਲ ਤੁਰਦੇ ਆ ਜੀ। ਫਿਰ ਉਹਦੇ ਸਮੇਂ ਦੇ ਬਾਅਦ ਇੱਕ ਗੱਡੀ ਆਉਂਦੀ ਆ, ਉਹ ਜਿਹੜੀ ਗੱਡੀ ਪਿੰਡ ਟੱਪ ਦੀ 8-9 ਮਿੰਟ ਲਾਉਂਦੀ, ਬਾਕੀ ਗੱਡੀਆਂ 2-2.5-3 ਮਿੰਟ ਦੇ ਵਿੱਚ ਲੰਘੀ ਜਾਂਦੀਆਂ ਨੇ। ਫਿਰ ਇਹ ਦੇਖੋ ਕਿ ਕੁਛ ਸਮਾਨ ਇਲੈਕਟ੍ਰੀਸ਼ਨ ਦਾ ਸਾਰਾ ਸਮਾਨ ਲਾ ਕੇ ਰਹਿ ਗਿਆ, ਕੁਛ ਇੱਕ ਪੱਖਾ ਚੌਂਕੀ ਦੀ ਕੰਧ ਦੇ ਨਾਲੋਂ ਲੱਭੀ ਜਾਂਦਾ, ਥਾਣੇ ਦੀ ਕੰਧ ਨਾਲੋਂ ਲੱਭੀ ਜਾਂਦਾ। ਇਹ ਕਹੀ ਜਾਂਦੇ ਅੱਗੋਂ ਕਹਿੰਦੇ ਆ ਕੋਈ ਨੀ ਇਹ ਤਾਂ ਚੋਰ ਤੁਰੇ ਜਾਂਦੇ ਸੁੱਟ ਜਾਂਦੇ, ਜਦੋਂ ਵੀ ਇਹਨਾਂ ਕੋਲ ਜਿੰਨੇ ਵਾਰੀ ਗਏ ਕੋਈ ਮੈਨੂੰ ਹੀ ਬੁਲਾਈ ਆਉਂਦੇ ਆ, ਜੇ ਕੋਈ ਬੰਦਾ ਦਿੰਦੇ ਅੱਗੋਂ ਆਖਦੇ ਯਾਰ ਤੁਸੀਂ ਕੀ ਲੈਣਾ ਦੁਸ਼ਮਣੀ ਪਾ ਕੇ ਬੰਦਿਆਂ ਦੇ ਨਾਲ, ਚੁੱਪ ਕਰਕੇ ਬਹਿ ਕੇ ਆਪਦਾ ਕੰਮ ਚਲਾਓ, ਕਹਿੰਦੇ ਆਏ ਚੋਰੀਆਂ ਚੋਰ ਨਹੀਂ ਲੱਭਦੇ ਹੁੰਦੇ, ਇਹੋ ਜਿਹੀਆਂ ਗੱਲਾਂ ਕਰਦੇ ਆ। ਜਦੋਂ ਨਾਲ ਲੈਣਾ ਆ ਪੰਚਾਇਤ ਜਾਂਦੀ ਆ ਉਦੋਂ ਗੱਲ ਹੋਰ ਹੋ ਜਾਂਦੀ ਆ, ਮਗਰੋਂ ਮੈਨੂੰ ਇਕੱਲੇ ਨੂੰ ਆ ਦਿੰਦੇ ਆ ਜਾ ਜਾਂ ਵੀ ਪੈਸੇ ਦੇ ਕੇ ਜਾਊਗਾ ਫਿਰ ਕੰਮ ਸ਼ੁਰੂ ਕਰਾਂਗੇ, ਨਹੀਂ ਤੇ ਨਹੀਂ ਕਰਨਾ। ਆਇਆ ਜੀ ਕਿਸਾਨ ਯੂਨੀਅਨ ਆ ਸਾਡੇ ਨਾਲ, ਗਏ ਆ ਜੀ ਉੱਚ ਅਧਿਕਾਰੀਆਂ ਕੋਲੇ, ਆਪਣਾ DSP ਸਾਹਿਬ ਕੋਲੇ ਵੀ ਗੱਲ ਗਏ, ਉਹਨਾਂ ਵੀ ਫੋਨ ਕੀਤਾ ਜੀ, ਉਹਨਾਂ ਸਹੀ ਵਧੀਆ ਸਾਡੀ ਗੱਲ ਸੁਣੀ ਆ, ਕੱਲ ਫੋਨ ਕੀਤਾ ਵੀ ਤੁਸੀਂ CS ਸਟਾਫ ਦੇ ਅੰਡਰ ਕੰਮ ਕਰੋ, ਉਹਨਾਂ ਨੂੰ ਦੇ ਦਿਓ ਬੰਦੇ ਚਕਾਓ, ਡੰਪ ਲਵਾਓ, ਨਹੀਂ ਕੀਤਾ ਜੀ, ਲਾਰਿਆਂ 'ਚ ਡੈਂਟ ਪਾਈ ਜਾਂਦੇ ਆ, ਅਸੀਂ ਬਾਹਰ ਬੈਠੇ ਰਹਿ ਜਾਂਦੇ ਹਾਂ, ਅੰਦਰੋਂ ਨਿਕਲ ਆਏ ਉਹ ਕੰਮ ਕਰ ਲਿਆ ਆਹ ਕਰ ਲਿਆ, ਕੋਈ ਗੱਲ ਨਹੀਂ ਸੁਣਦਾ ਜੀ, ਇਹਨਾਂ ਨੂੰ ਚੋਰਾਂ ਦਾ ਖੌਫ ਜ਼ਿਆਦਾ ਜੀ, ਸਰਕਾਰ ਨਾਲੋਂ ਚੋਰਾਂ ਦਾ ਜ਼ਿਆਦਾ ਹੈ, ਤਨਖਾਹ ਲੈਤੇ ਉੱਥੋਂ ਨਹੀਂ ਹੈਗਾ ਗਾ, ਪਰ ਚੋਰਾਂ ਨਾਲ ਜ਼ਿਆਦਾ ਕਿਉਂਕਿ ਉੱਧਰੋਂ ਚੰਗੇ ਹਿੱਸੇ ਮਿਲ ਜਾਂਦੇ ਆ, ਆਹ ਕੁਛ ਚੱਲੀਏ ਸਾਡੇ ਤਾਂ ਬਹੁਤ ਵਾਰਦਾਤਾਂ ਹੋਈ ਜਾਂਦੀਆਂ ਜੀ, ਕੋਈ ਨਹੀਂ ਪਿਆ ਜੀ, ਤਾਂ ਵੇਖੇ ਨਹੀਂ ਕਿਤੇ ਇਹਨਾਂ ਨੇ ਕਾਰਵਾਈ ਕੀਤੀ, ਤਾਂ ਨਹਿਰਾਂ ਦੇ ਨਾਲੋਂ ਘਰਾਂ ਦੇ ਕੋਲੋਂ ਮੋਟਰਾਂ ਲਾ ਲੱਤੀਆਂ ਜਾਂਦੀਆਂ, ਕਦੇ ਸੁਣਿਆ ਨਹੀਂ ਮੋਟਰਸਾਈਕਲ ਚਕੀਂਦੇ ਆ, ਹੁਣ ਵੀ ਲਈਦਾ ਹੈ ਅੰਦਰ ਖਾਤੇ ਵਾਪਸ ਕਰਾ ਦਿੰਦੇ ਆ, ਜੇ ਬੰਦਾ ਫੜਿਆ ਜਾਵੇ ਤਾਂ ਲੱਗ ਜੇ ਨਾ ਮੇਰਾ ਫਲਾਣੇ ਬੰਦੇ ਨੇ ਮੋਟਰਸਾਈਕਲ ਚੋਰੀ ਕੀਤਾ, ਅੰਦਰ ਖਾਤੇ ਮੁੜਵਾ ਦਿੰਦੇ ਆ ਵੀ ਬੰਦੇ ਦੇ ਪਰਚਾ ਕਰਨੇ ਦੀ ਲੋੜ ਹੀ ਨਹੀਂ, ਫਲਾਣੀ ਦਾ ਕੜਾ ਚੱਕ ਲਿਆਓ, ਫਿਰ ਕੀ ਹੋਇਆ ਜੀ, ਮਿਲੀ ਭੁਗਤੀ ਹੋਈ ਪੁੱਛਦੀ, ਹੋਰ ਕੀ ਹੋਇਆ ਜੀ, ਮੋਟਰਾਂ ਸਾਡੇ ਤਾਂ ਤੀਜੇ ਦਿਨ ਹੀ ਲੈਂਦੀਆਂ, ਕੋਈ ਹਫ਼ਤਾ ਹੀ ਸੁੱਕਾ ਜਾਂਦਾ, ਇਹਨੂੰ ਮੋਟਰਾਂ ਨਹੀਂ ਲੈਂਦੀਆਂ, ਟ੍ਰਾਂਸਫਾਰਮ ਲੈ ਕੇ ਚਾਰ ਹੋਰ ਤੋਂ ਮੋਟਰ ਕਮ ਸੇ ਕਮ 4 ਵਾਰਾਂ ਮੋਟਰ, ਹਾਂ ਸਾਡੀ ਇੱਥੇ ਆ ਮੁੱਕੇ ਦੇ ਸ਼ੁਰੂ ਪੈੜਾਂ ਚਾਰ ਦੀਆਂ ਸਾਰੀ ਵਹੀਕਲ ਦੀ ਉਹਨਾਂ ਨੂੰ ਵੀਡੀਓ ਵੀ ਵਿਖਾਈ ਆ ਜੀ, ਤੇ ਜਿੰਨੀਆਂ ਪੈੜਾਂ ਪੂੜਾ ਸਭ ਕੁਝ ਦਿਖਾਇਆ ਜੀ, ਕੋਈ ਅੱਜ ਤੱਕ ਕਦੇ ਕਾਰਵਾਈ ਨਹੀਂ ਹੋਈ, ਲੇਟ ਕਰੀ ਜਾਂਦੇ ਵੀ ਆਪੇ ਚੱਲੇ ਭੌਂਕ ਭਕਾਈ ਕਰਕੇ, ਫਿਰ ਇਹ ਗੱਲ ਆ ਜੀ ਅਸੀਂ ਇਕੱਲੇ ਮੰਨ ਲਓ ਵੀ ਇਹ ਸਿਸਟਮ ਦੁਕਾਨ ਸਾਰੀ ਮਾਰਕੀਟ ਸਾਡੇ ਨਾਲ ਆ, ਇੱਕ ਦੁਕਾਨਦਾਰੀ ਵਾਲਾ ਸਿਸਟਮ ਆ, ਇੱਕ ਸਾਡਾ ਕਿਸਾਨ ਯੂਨੀਅਨ ਵਾਲਾ, ਅਸੀਂ ਤੇ ਐਂ ਡੰਡੇ ਕੱਟ ਕੇ ਬਵਾਂਗੇ ਜਿੱਥੇ ਵੀ ਬਹਿਣਾ ਪਿਆ ਆਪਾਂ ਜਿੰਨਾ ਟਾਈਮ ਵੀ ਬਹਿਣਾ, ਕਿਸਾਨ ਗਰੋਸਰੀ ਦੇ ਨਾਲ ਤੇ ਮੈਂ ਮੋਹਰ ਸਿੰਘ ਸਨ ਕਰਤਾਰ ਸਿੰਘ ਪਿੰਡ ਰੱਤੂ ਵਾਲਾ, ਅਸੀਂ ਬੇਨਤੀ ਕਰਦੇ ਹਾਂ ਕਿ ਮੌਜੂਦਾ ਸਰਕਾਰ ਨੂੰ ਕਿ ਜੋ ਕਿ 11 ਤਰੀਕ ਨੂੰ ਇੱਥੇ
ਭਾਈ ਦਿਲਬਾਗ ਸਿੰਘ ਜੋ ਕਰਿਆਨੇ ਦੀ ਦੁਕਾਨ ਕਰਦੇ ਨੇ ਉਹਦਾ ਭਾਰੀ ਨੁਕਸਾਨ ਹੋਇਆ ਹੈ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਹਨ ਉਹਨਾਂ ਨੂੰ ਫੜਿਆ ਜਾਵੇ ਅਤੇ ਪਰਦਾ ਸਾਫ਼ ਕੀਤਾ ਜਾਵੇ ਕਿ ਸੱਚਾਈ ਕੀ ਹੈ। ਇਹ ਸਾਡੀ ਮੰਗ ਹੈ ਕਿਉਂਕਿ ਇੱਕ ਤਿੰਨ ਦਿਨ ਹੋ ਗਏ ਹਨ ਅੱਜ ਤੱਕ ਕਾਰਵਾਈ ਨਹੀਂ ਹੋਈ। ਨਿੱਕੀਆਂ ਮੋਟੀਆਂ ਚੋਰੀਆਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਪਰ ਇਹ ਵੱਡੀ ਚੋਰੀ ਹੈ। ਤਕਰੀਬਨ 3 ਲੱਖ 3.5 ਲੱਖ ਦਾ ਨੁਕਸਾਨ ਹੋਇਆ ਹੈ, ਸ਼ਾਇਦ ਹੋ ਸਕਦਾ ਤੋਂ ਵੱਧ ਵੀ ਹੋਵੇ, ਕਿਹੜਾ ਗਿਣਿਆ ਉਸ ਵੇਲੇ ਮੌਕੇ 'ਤੇ। ਅਤੇ ਦਿਲਬਾਗ ਸਿੰਘ ਦੇ ਚੋਰੀ ਹੋਈ ਸੀ ਇੱਥੇ ਜੀ, ਜਾਂ ਦਰਜ ਹੋ ਗਈ ਹੈ ਉਹ 'ਚ ਕੁਛ ਸ਼ੱਕੀ ਬੰਦੇ ਨੇ ਅਤੇ ਉਹ ਅਸੀਂ ਜਲਦੀ ਤੋਂ ਜਲਦੀ ਰਾਊਂਡ ਅਪ ਕਰ ਰਹੇ ਹਾਂ। ਕੁਛ 20-30 ਤੱਕ ਦਾ ਟਾਈਮ ਮੰਗਦੇ ਨੇ ਵੀ ਸਾਨੂੰ ਜਲਦੀ ਤੋਂ ਜਲਦੀ ਫੜ ਕੇ ਦਿਓ। ਹੋ ਸਕਦਾ ਪਰਮਾਤਮਾ ਅੱਗੇ ਮੈਂ ਦੁਆ ਕਰਦਾ ਵੀ ਸਾਨੂੰ ਮਦਦ ਕਰੇ ਚੋਰਾਂ ਨੂੰ ਫੜਨ ਦੀ, ਕਿ ਉਹ ਜਲਦੀ ਤੋਂ ਜਲਦੀ ਕਾਬੂ ਕਰਾਂ। ਅਸੀਂ ਆਪਣੇ ਸੋਰਸ ਵੀ ਲਾਏ ਹੋਏ ਨੇ, ਆਪਣੀ ਸਾਡੀ CIA ਟੀਮ ਸਾਰੇ ਕੁਛ ਲੱਗੀ ਹੋਈ ਹੈ ਅਤੇ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਕੁਛ ਨਹੀਂ ਹੋਏ ਤਾਂ ਹੀ ਨੌਬਤ ਆ ਗਈ, ਤਾਂ ਹੀ ਧਰਨਾ ਦੀ ਨੌਬਤ ਆ ਗਈ। ਮੈਂ ਬੇਨਤੀ ਕੀਤੀ ਇਹਨਾਂ ਨੂੰ ਵੀ ਜਿਹੜਾ ਕੰਮ ਹੈ ਉਹ ਮੇਰੀ ਦੇਖ ਰੇਖ 'ਚ ਹੀ ਹੋਣਾ ਹੈ। ਮੈਂ ਕਰਾਂਗਾ ਜਿਹੜੀ ਜਿਸ ਤਰ੍ਹਾਂ ਇਹ ਚਾਹੁੰਦੇ ਨੇ ਉਸ ਤਰ੍ਹਾਂ ਮੈਂ ਉਸ ਹਿਸਾਬ ਨਾਲ ਮੈਂ ਇਨਵੈਸਟੀਗੇਸ਼ਨ ਕਰਾਂਗਾ।